ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕੁਲਦੀਪ ਸਿੰਘ ਸ਼ੇਰ ਗਿੱਲ ਮਰਖਾਈ। ਇਸ ਵੀਡੀਓ 'ਚ ਮੈਂ ਗੱਲ ਕਰਾਂਗਾ ਕਿ ਪਰਾਲੀ ਦੀ ਸਾਂਭ ਸੰਭਾਲ ਕਰਨ ਵਾਲੇ ਸੰਦਾਂ ਦੇ ਉੱਪਰ 50% ਤੋਂ ਲੈ ਕੇ 80% ਤੱਕ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਇਸ ਦੀ ਜਿਹੜੀ ਆਖਰੀ ਤਰੀਕ ਹੈ ਉਹ ਵਧਾ ਦਿੱਤੀ ਗਈ ਹੈ, ਹੁਣ 30 ਜੂਨ 2019 ਕਰ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਕਿਹੜੇ ਕਿਹੜੇ ਸੰਦ ਕਵਰ ਕੀਤੇ ਗਏ ਹੈ। ਪਹਿਲਾਂ ਤਾਂ ਜਿਹੜਾ ਹੈਗਾ ਸੁਪਰ SMS ਹੈ, ਜਿਹੜਾ ਕਿ ਮਸ਼ੀਨ ਦੇ ਪਿੱਛੇ ਫਿੱਟ ਹੋਣਾ। ਉਸ ਤੋਂ ਬਾਅਦ 'ਚ ਹੈਪੀ ਸੀਡਰ ਹੈ, ਹੈਪੀ ਸੀਡਰ ਤੋਂ ਅੱਗੇ ਪੈਡੀ ਸਟਰਾ ਚੋਪਰ ਹੈ, ਸ਼ਰੈਡਰ ਹੈ, ਮਲਚਰ ਹੈ, ਰਿਵਰਸੀਬਲ MB ਪਲੋਵ ਹੈ, ਜੀਰੋ ਟਿਲ ਖਾਦ ਬੀਜ ਡਰਿੱਲ ਹੈ। ਇਹ ਜਿਹੜੀਆਂ ਹੈਗੀਆਂ ਚੀਜ਼ਾਂ ਇਹਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ, ਜਿਹਦੇ ਵਿੱਚ ਕਿ ਨਿੱਜੀ ਕਿਸਾਨਾਂ ਨੂੰ 50% ਸਬਸਿਡੀ ਹੈ ਅਤੇ ਗਰੁੱਪ ਨੂੰ ਜਿਹੜਾ ਹੈਗਾ 80% ਸਬਸਿਡੀ ਹੈ। ਗਰੁੱਪ ਦੇ ਵਿੱਚ ਤੁਸੀਂ ਇੱਕ ਰੋਟਾਵੇਟਰ ਵੀ ਖਰੀਦ ਸਕਦੇ ਹੋ। ਗਰੁੱਪ ਦੇ ਵਿੱਚ ਜਿਹੜੇ ਕਿ ਤੁਸੀਂ ਰਜਿਸਟਰਡ ਗਰੁੱਪ ਕਰਵਾਏ ਹੈ ਉਹਨਾਂ ਦੇ ਵਿੱਚ ਤੁਹਾਨੂੰ ਘੱਟੋ ਘੱਟ 5 ਸੰਦ ਅਤੇ 8 ਲੱਖ ਤੱਕ ਦੇ ਸੰਦ ਖਰੀਦਣੇ ਜ਼ਰੂਰੀ ਹੈ, ਤਾਂ ਹੀ ਤੁਸੀਂ ਜਿਹੜਾ ਹੈਗਾ 80% ਸਬਸਿਡੀ ਲੈ ਸਕੋਗੇ। ਤਾਂ ਇਹਦੇ ਲਈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ, ਇੱਕ ਵੀਡੀਓ ਜਿਹਦਾ ਲਿੰਕ ਮੈਂ ਇਸ ਵੀਡੀਓ ਦੇ ਅਖੀਰ 'ਤੇ ਦਿੱਤਾ ਹੈਗਾ, ਗਰੁੱਪ ਕਿਵੇਂ ਬਣਾਉਣਾ ਅਤੇ ਔਨਲਾਈਨ ਰਜਿਸਟ੍ਰੇਸ਼ਨ ਕਿਵੇਂ ਕਰਨੀ ਹੈ। ਔਨਲਾਈਨ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ 'ਚ ਆਪਾਂ ਇਹਦੇ ਵਿੱਚ ਬਾਕੀ ਡਿਟੇਲ ਅਪਲੋਡ ਕਰਨੀਆਂ, ਬਾਕੀ ਡਿਟੇਲ ਜਿਹੜੀ ਹੈਗੀ ਹੈ ਲੈਂਡ ਦੀ ਡਿਟੇਲ, ਆਪਣੇ ਡਾਕੂਮੈਂਟਸ, ਉਹਦੇ ਬਾਰੇ ਮੈਂ ਇਸ ਵੀਡੀਓ 'ਚ ਗੱਲ ਕਰਾਂਗਾ। ਦੋਸਤੋ, ਇਹ ਸਾਰੀਆਂ ਡਿਟੇਲ ਭਰ ਕੇ ਆਪਾਂ ਇਹਦਾ ਇੱਕ ਪ੍ਰਿੰਟ ਆਊਟ ਲਵਾਂਗੇ। ਪ੍ਰਿੰਟ ਆਊਟ ਲੈਣ ਤੋਂ ਬਾਅਦ ਦੇ ਵਿੱਚ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਲਿੰਕ ਦਿੱਤਾ, ਉਹਦੇ ਵਿੱਚ ਫੋਰਮ ਡਾਊਨਲੋਡ ਕਰ ਲੈਣਾ ਅਤੇ ਉਸ ਫੋਰਮ ਦੇ ਨਾਲ ਤੁਸੀਂ ਆਪਣਾ ਆਧਾਰ ਕਾਰਡ ਦੀ ਕਾਪੀ, ਕੈਂਸਲ ਚੈੱਕ ਜਾਂ ਬੈਂਕ ਦੀ ਪਾਸਬੁੱਕ ਦੀ ਕਾਪੀ, ਜ਼ਮੀਨ ਦੀ ਨਵੀਂ ਲਵਾਈ ਹੋਈ ਜਮ੍ਹਾਂਬੰਦੀ ਅਤੇ ਟਰੈਕਟਰ ਦੀ RC ਫਾਰਮ ਭਰ ਕੇ ਸਾਈਨ ਕਰਕੇ, ਤਾਂ ਇਹ ਸਾਰੀਆਂ ਚੀਜ਼ਾਂ ਖੇਤੀਬਾੜੀ ਵਿਭਾਗ ਦੇ ਕੋਲ 30 ਜੂਨ 2019 ਤੋਂ ਪਹਿਲਾਂ ਦੇ ਦੇਣੀਆਂ। ਅਤੇ ਉਸ ਤੋਂ ਬਾਅਦ ਦੇ ਵਿੱਚ ਜੋ ਵਿਭਾਗ ਦੀਆਂ ਗਾਈਡਲਾਈਨ ਹੋਣਗੀਆਂ ਉਸ ਤਰੀਕੇ ਦੇ ਨਾਲ ਅੱਗੇ ਕਾਰਵਾਈ ਕਰਨੀ ਹੈ। ਸ਼ੁਰੂ ਕਰਦੇ ਹਾਂ ਕਿ ਆਪਾਂ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਰਜਿਸਟ੍ਰੇਸ਼ਨ ਕਰਨੀ ਹੈ। ਦੋਸਤੋ, ਸਭ ਤੋਂ ਪਹਿਲਾਂ ਆਪਾਂ ਗੂਗਲ ਬਰਾਊਜ਼ਰ ਖੋਲ੍ਹਣਾ ਹੈ, ਉਹਦੇ ਵਿੱਚ ਲਿਖਣਾ www.agrimachinery.nic.in, ਕਲਿੱਕ ਕਰ ਦੇਣਾ। ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਕੋਲ ਇਹ ਮੇਨ ਵਿੰਡੋ ਖੁੱਲ੍ਹ ਜਾਏਗੀ। ਇਸ ਵਿੰਡੋ ਦੇ ਉੱਪਰ ਇਹ ਜੋ ਸਾਈਨ ਇਨ ਲਿਖਿਆ ਹੈ, ਇਸ ਦੇ ਉੱਪਰ ਕਲਿੱਕ ਕਰੋਗੇ ਤਾਂ ਨੀਚੇ ਇੱਕ ਛੋਟਾ ਜਿਹੜਾ ਹੈਗਾ ਇਹ ਖਿੜਕੀ ਆ ਜਾਏਗੀ। ਇਹਦੇ ਵਿੱਚ ਜੇਕਰ ਤੁਸੀਂ ਗਰੁੱਪ ਬਣਾਉਣਾ ਤਾਂ ਗਰੁੱਪ 'ਤੇ, ਜੇ ਫਾਰਮਰ ਹੋ ਤਾਂ ਫਾਰਮਰ 'ਤੇ ਕਲਿੱਕ ਕਰ ਦੇਣਾ। ਜਿਵੇਂ ਮੈਂ ਪਹਿਲੀ ਵੀਡੀਓ 'ਚ ਰਜਿਸਟ੍ਰੇਸ਼ਨ ਤੁਹਾਨੂੰ ਦੱਸਿਆ ਸੀਗਾ ਅਤੇ ਉੱਥੋਂ ਤੁਹਾਨੂੰ ਇੱਕ ID ਅਤੇ ਪਾਸਵਰਡ ਮਿਲਿਆ ਸੀ, ਉਹ ID ਅਤੇ ਪਾਸਵਰਡ ਤੁਸੀਂ ਇੱਥੇ ਉੱਪਰ ਇੱਕ ਨੰਬਰ ਖਾਨੇ 'ਚ ID ਅਤੇ 2 'ਚ ਪਾਸਵਰਡ ਅਤੇ 3 ਨੰਬਰ ਖਾਨੇ 'ਚ ਜਿਹੜੇ ਹੈਗੇ ਆ ਅੱਖਰ ਲਿਖ ਕੇ ਸਾਈਨ ਇਨ ਕਰ ਦੇਣਾ ਹੈ। ਜਦੋਂ ਤੁਸੀਂ ਸਾਈਨ ਇਨ ਕਰਤਾ ਤਾਂ ਇਹ ਵਿੰਡੋ ਤੁਹਾਡੇ ਕੋਲ ਓਪਨ ਹੋ ਜਾਏਗੀ। ਹੁਣ ਤੁਸੀਂ ਇੱਧਰ ਖੱਬੇ ਹੱਥ ਦੇਖ ਰਹੇ ਹੋ ਜਿੱਥੇ ਕੁਲਦੀਪ ਸਿੰਘ ਲਿਖਿਆ, ਇੱਥੇ ਨੀਚੇ ਜਿਹੜਾ ਫਾਰਮਰ ਬੇਸਿਕ ਡਿਟੇਲ ਦੇ ਉੱਪਰ ਤੁਸੀਂ ਕਲਿੱਕ ਕਰੋਗੇ। ਜਦੋਂ ਫਾਰਮਰ ਬੇਸਿਕ ਡਿਟੇਲ 'ਤੇ ਕਲਿੱਕ ਕਰੋਗੇ ਤਾਂ ਇਹਦੇ ਵਿੱਚ ਤੁਸੀਂ ਡਿਟੇਲਸ ਦੇ ਉੱਪਰ ਕਲਿੱਕ ਕਰਨਾ ਸਭ ਤੋਂ ਪਹਿਲਾਂ। ਜਦੋਂ ਡਿਟੇਲਸ ਦੇ ਉੱਪਰ ਕਲਿੱਕ ਕਰਤਾ ਤਾਂ ਇਹ ਵਿੰਡੋ ਓਪਨ ਹੋ ਜਾਏਗੀ। ਸਭ ਤੋਂ ਪਹਿਲਾਂ ਐਡ ਅਪਡੇਟ ਮਸ਼ੀਨਰੀ ਡਿਟੇਲਸ ਆਪਾਂ ਕਰਨਾ ਹੈ। ਜਦੋਂ ਇਹ ਕਰੋਗੇ ਤਾਂ ਇਸ ਤੋਂ ਬਾਅਦ ਦੇ ਵਿੱਚ ਤੁਹਾਡੇ ਕੋਲ ਇੱਕ ਵਿੰਡੋ ਆ ਜਾਏਗੀ। ਇਸ ਵਿੰਡੋ ਦੇ ਵਿੱਚ ਅਸੀਂ ਆਪਣਾ ਐਡ ਕਰਾਂਗੇ, ਪਰੰਤੂ ਇਸ ਦੇ ਵਿੱਚ ਫਾਈਨੈਂਸ਼ੀਅਲ ਈਅਰ ਐਡ ਕੀਤਾ, ਸੰਦ ਮਸ਼ੀਨ ਇਹ ਨਹੀਂ ਲੈ ਰਿਹਾ। ਇਸ ਤੋਂ ਅੱਗੇ ਜਿਹੜਾ ਹੈਗਾ ਜੋ ਵੀ ਡਿਟੇਲ ਹੈਗੀ ਹੈ ਇਹ ਨਹੀਂ ਲਵੇਗਾ। ਕਹਿਣ ਦਾ ਮਤਲਬ ਕਿ ਇੱਥੇ ਮਸ਼ੀਨਰੀ ਐਡ ਨਹੀਂ ਹੋਣੀ ਅਤੇ ਪਹਿਲੀ ਵਿੰਡੋ ਨੂੰ ਅਸੀਂ ਇੱਥੇ ਹੀ ਛੱਡ ਦੇਣਾ ਹੈ। ਜਾਂ ਇਹ ਕਹਿ ਲਓ ਕਿ ਅਸੀਂ ਮਸ਼ੀਨਰੀ ਇਹਦੇ ਵਿੱਚ ਐਡ ਨਹੀਂ ਕਰਨੀ, ਉਹ ਆਪਾਂ ਜਿਹੜਾ ਫਾਰਮ ਭਰ ਕੇ ਦੇਵਾਂਗੇ ਉਹਦੇ ਵਿੱਚ ਐਡ ਕਰਾਂਗੇ। ਹੁਣ ਇਸ ਤੋਂ ਅੱਗੇ ਤੁਸੀਂ ਦੂਸਰਾ ਹਰਾ ਬਟਨ ਦੇਖ ਰਹੇ ਹੋ ਕਿ ਜੀ 'ਤੇ ਲਿਖਿਆ ਐਡ ਬੈਂਕ ਡਿਟੇਲ, ਕਲਿੱਕ ਕੀਤਾ। ਸਭ ਤੋਂ ਪਹਿਲਾਂ ਬੈਂਕ ਦਾ ਨਾਮ ਇਸ ਜਗ੍ਹਾ 'ਤੇ ਭਰਾਂਗੇ, ਮੇਰੀ ਬੈਂਕ OBC ਹੈ ਤਾਂ ਮੈਂ ਓਰੀਐਂਟਲ ਬੈਂਕ ਆਫ ਕਮਰਸ ਜਿਹੜਾ ਹੈਗਾ ਇੱਥੋਂ ਲੱਭ ਕੇ ਇਹਦੇ ਵਿੱਚੋਂ ਭਰ ਦੇਵਾਂਗਾ, ਮੈਂ ਭਰ ਦਿੱਤਾ। ਬ੍ਰਾਂਚ ਦਾ ਨਾਮ ਲਿਖਾਂਗਾ ZIR 0 ਮੇਰੀ ਬ੍ਰਾਂਚ 0, ਅਤੇ ਨਾਲ ਇਹਦੇ ਜਿਹੜਾ ਹੈਗਾ ਇਹ ਸਰਚ ਬਟਨ
नप दिता तो फिर नीचे IFSC कोड यदा मैं भरिया जो भी तुहाडी बैंक का IFSC कोड है भरता ये बैंक की डिटेल आ गई। इस तो बाद दे वैच जो अपना 14 अक्षरों का अकाउंट है इस जगह पर देखो मैं भर रहा अकाउंट नंबर इस जगह पर आप भर देना है। अकाउंट नंबर भरन तो बाद दे वैच सामने जिहड़ा है जिथे हुण कर्सर गया इत्थे अपना नाम जो बैंक की पासबुक के उत्ते तुहाडा नाम लिखा होया है वह लिख देना है। नाम लिखण तो बाद दे वैच ये जो नीचे इस दे उपर ये आउंदा हैगा कि हाँ जिथे हुण कर्सर है इस जगह पर तुसीं बैंक की कैंसल चैक या पासबुक की कापी अपलोड कर देनी है। जदों ये होगी तो इसनों असी जिहड़ा हैगा अप जिहड़ी डिटेल्स हैगियां इन्हां नूं अपलोड कर देना है। जो डिटेल्स तुहाडियां अपलोड हो गई तो उस तो बाद अगला कॉलम आता है एड अपडेट डॉक्यूमेंट्स। ये कुछ डॉक्यूमेंट्स आप भरने हैं तो डॉक्यूमेंट्स जोड़े है तुम पहले ही स्कैन करके रखे हो जो हम तुम्हें इतों पता लग जाए किड़े किड़े डॉक्यूमेंट है। सब तो पहला तुहाडी अपनी फोटो हैगी है फोटो नंबर एक तो फोटो लिखा फोटो के सामने लिखा चूज़ तो इतों सिलेक्ट कर लेना है। फोटो ताड़ी जो भी डॉक्यूमेंट हैगा 100 KB तो वड्डी फाइल ना होवे। हुण दूसरे नंबर ते आउंदा पैन कार्ड ये मैं पैन कार्ड ते क्लिक किया इत्थे मेरा पैन कार्ड पिया इस पैन कार्ड नूं मैं सिलेक्ट किया हो गया। इस तों अगां हैगा आधार कार्ड उस तरीके ने आधार कार्ड किया। दोस्तों जिन्नियां जिहदे उपर स्टार लग्या होया ना ओह करने जरूरी है दूसरे नहीं भी करोगे तो कम चल जाएगा। ड्राइविंग लाइसेंस या कोई इन्हें पासपोर्ट मंगया तो मैं इतने ड्राइविंग लाइसेंस अपलोड करदा तो ये ड्राइविंग लाइसेंस हो जाएगा। इस तो अगर ये मंगता हैगा कि लैंड टैक्स रसीद पंजाब दे वैच लैंड टैक्स माफ़ है साढ़े को नहीं है परंतु स्टार लग्या इस करके मैं बैंक जमाबंदी की कापी जी है इतने अपलोड कर देना है। इस तो नीचे तुहाडा कैटेगरी सर्टिफिकेट है कैटेगरी तो नीचे हैगा तुहाडा फार्मर टाइप ये दोवें ज अपलोड करने जरूरी नहीं है तो इसनों मैं छड़ के ते सबमिट कर दिता। सबमिट करन तो बाद दे विच ये प्लीज़ वेट आ रहा है तो डिटेल आ गई हूँ आप नीचे देखिए देखो ये मेरी फोटो है ये पैन कार्ड है आधार कार्ड है ड्राइविंग लाइसेंस है तो जिहड़ी माल गुजरी की रसीद इन्हें कहा सी वह सारिया चीज़ा इस जगह पर शो होने लग पियाँ। हुण मैं इस तो अगे वधांगा अगे वध के जिहड़ा हैगा ये मंग रहा हैगा लैंड डिटेल जमीन की डिटेल। जमीन की डिटेल दे विच सब तो पहला एक खाता नंबर मंगता है खाता नंबर मतलब कि तुहाडा खेवट नंबर खेवट नंबर मैं पा दिता। हुण मैं खसरा नंबर लिख रहा खसरा नंबर वह हुंदा जिथे अपना मरबे के नाल किला नंबर लिखा हुंदा है वह आपका इत्थे लिख देना है। इस तो नीचे वाले कॉलम के जमीन टोटल किन्नी है हेक्टेयर के लिख देना है तो टैक्स की जेड़ा आप तार क्योंकि पंजाब टैक्स है ही नहीं तो मैं इतने लिखता कि टैक्स फ्री लिखता तो उस तो बाद दे वेच बिल्कुल नीचे आके जिथे कि ये टैक्स का लिखता ए चूज़ ए फाइल इतने मैं जोड़ा हैगा उन्होंने नंबर की जमाबंदी स्कैन की कापी अपलोड करती। हूँ तुम ये एक तो वह खेवटा भी इस तो गांह अपलोड कर सकते हो जिमें कि मैं 2 खेवटा अपलोड कीतियाँ तो वह जोड़ा है लैंड रिकॉर्ड एडिड सक्सैसफुली हो गया है। हुण इस तो बाद दे वेच सारी डिटेल अपनी चैड हो गई है। प्रिंट रजिस्ट्रेशन डिटेल ये देखो इस दे थले आएगा प्रिंट रजिस्ट्रेशन माफ़ करना एक चीज़ रह गई सी फैमिली दे बारे डिटेल पुछदा है तो फैमिली दी डिटेल जिहड़ा हैगा मैं अपनी मिसेज दा नाम आधार कार्ड ते जो इत्थे डिटेल मंगियां वह ऐड करके तो इन्हां नूं सारियां नूं सबमिट हुण मैं इहनूं कर देंगा। सबमिट हो गया तो मेरी फैमिली डिटेल जिहड़ी हैगी है नीचे आ गई है। हुण मैं वापस इधर जावांगा प्रिंट रजिस्ट्रेशन डिटेल इस ते मैं क्लिक किया ये मेरी रजिस्ट्रेशन डिटेल आ गई है। हुण मैं इहदा प्रिंट आउट लै लेना इहदा प्रिंट आउट लैके उहदे नाल अपने आधार कार्ड की फोटो कापी कैंसल्ड चैक नाल ट्रैक्टर की RC की कापी नाल लेटेस्ट जमाबंदी ते नाल जिहड़े डिस्क्रिप्शन बॉक्स दे विच फार्म दिते है वह भर के जो जो उत्ते साइन होने वो साइन करवा के 30 जून 2019 तो पहला पहला खेतीबाड़ी विभाग के ब्लाक खेतीबाड़ी अफसर या मुख खेतीबाड़ी अफसर के दफ्तर के जमा करवा देना है। उस तो बाद दे वेच जो हदायतां उन्हां वल्लों होणगियां उस हिसाब नाल उन्हां हदायतां की पालना करांगा ते
ਜਦੋਂ ਮੇਰਾ ਸੰਦ ਉੱਥੋਂ ਉਹਨਾਂ ਵੱਲੋਂ ਮਨਜ਼ੂਰੀ ਮਿਲ ਜਾਏਗੀ, ਉਸ ਤੋਂ ਬਾਅਦ 30 ਦਿਨ ਦੇ ਵਿੱਚ ਮੈਨੂੰ ਆਪਣਾ ਸੰਦ ਖਰੀਦ ਕੇ ਉਹ ਵੈਰੀਫਿਕੇਸ਼ਨ ਕਰਾਉਣੀ ਪਏਗੀ, ਜਿਹਦੀ ਆਪਾਂ ਗੱਲਬਾਤ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਤਾਂ ਦੋਸਤੋ, ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਫਾਰਮ ਭਰ ਕੇ ਸਬਮਿਟ ਜਲਦੀ ਤੋਂ ਜਲਦੀ ਕਰੋ। ਹਜੇ ਤੀਕ ਡਰਾਫਟ ਬਾਰੇ ਕੁਝ ਕਲੀਅਰ ਨਹੀਂ ਹੈਗਾ, ਜਿਵੇਂ ਜੋ ਮਹਿਕਮੇ ਦੀਆਂ ਹਦਾਇਤਾਂ ਹੋਣਗੀਆਂ ਉਹਨਾਂ ਹਦਾਇਤਾਂ ਦੀ ਐਨ ਬਿਨ ਪਾਲਣਾ ਕਰਨਾ ਅਤੇ ਖੇਤੀਬਾੜੀ ਵਿਭਾਗ ਦੇ ਟੱਚ ਵਿੱਚ ਰਹਿਣਾ, ਕਿਉਂਕਿ ਵੀਡੀਓ ਅੱਜ ਅਪਲੋਡ ਹੋ ਗਈ ਹੈ, ਕੁਝ ਲੋਕਾਂ ਤੱਕ ਪਹੁੰਚੇਗੀ, ਨਵੀਂ ਅਪਡੇਟ ਹੋ ਸਕਦਾ ਕਿ ਉਹਨਾਂ ਤੱਕ ਨਾ ਪਹੁੰਚੇ। ਤਾਂ ਜੋ ਖੇਤੀਬਾੜੀ ਵਿਭਾਗ ਤੁਹਾਨੂੰ ਅਪਡੇਟ ਨਾਲ ਸੰਪਰਕ ਰੱਖੋ, ਜੋ ਅਪਡੇਟ ਕਰਨਗੇ ਉਸੇ ਤਰੀਕੇ ਦੇ ਨਾਲ ਅੱਗੇ ਕੰਮ ਕਰਦੇ ਰਹਿਣਾ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ, ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਜੋ ਕਿਸਾਨ ਇਹ ਸੰਦ ਲੈਣਾ ਚਾਹੁੰਦੇ ਆ ਉਹਨਾਂ ਤੱਕ ਇਹ ਸੰਦ ਆਸਾਨੀ ਦੇ ਨਾਲ ਜਾਣਕਾਰੀ ਪਹੁੰਚ ਸਕੇ ਅਤੇ ਉਹ ਆਪਣੀ ਖੇਤੀਬਾੜੀ ਦੇ ਸੰਦ ਖਰੀਦ ਸਕਣ। ਅਤੇ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਔਨਲਾਈਨ ਰਜਿਸਟ੍ਰੇਸ਼ਨ ਦੀ ਪਹਿਲੀ ਵੀਡੀਓ ਅਤੇ ਗਰੁੱਪ ਕਿਵੇਂ ਬਣਾਉਣਾ ਹੈ, ਉਹਦਾ ਲਿੰਕ ਇਸ ਵੀਡੀਓ ਦੇ ਵਿੱਚ ਹੁਣ ਇੱਥੇ ਦਿੱਤਾ ਹੋਇਆ, ਤਾਂ ਤੁਸੀਂ ਉੱਥੇ ਕਲਿੱਕ ਕਰਕੇ ਉਹ ਜਾਣਕਾਰੀ ਵੀ ਇਕੱਠੀ ਕਰ ਸਕਦੇ ਹੋ। ਧੰਨਵਾਦ ਜੀ।